ਤੁਹਾਨੂੰ ਪਤਾ ਮੋਟੇਰਿਆਂ ਦਾ ਅਖਬਾਰ ਆ, ਇਹਦੇ ਬਾਪ ਦਾ ਨਾਮ ਸੀ ਅਬਦ ਸਲਾਮ, ਹਾਂਜੀ, ਉਹਦੇ ਬਾਪ ਦਾ ਨਾਮ ਸੀ ਅਬਦੁਲ ਰਹਿਮਾਨ। ਅੱਗੇ ਉਹਦੇ ਬਾਪ ਦਾ ਪਤਾ ਨਾਮ ਨਹੀਂ, ਅੱਗੇ ਕੋਈ ਪਤਾ, ਅੱਗੇ ਕੋਈ ਨਹੀਂ ਪਤਾ, ਨਹੀਂ ਅੱਗੇ ਕੋਈ ਪਤਾ, ਇੱਥੇ ਤੱਕ ਪਤਾ। ਅਬਦੁਲ ਰਹਿਮਾਨ ਤੋਂ ਅੱਗੇ ਨਹੀਂ ਪਤਾ। ਮੌਜਲੀਪੁਰ ਦੀ ਕੋਈ ਗੱਲ ਬਾਈ ਯਾਦ ਆ? ਕੋਈ ਗੱਲ ਕੋਈ ਨਹੀਂ ਬਾਈ, ਹੁਣ ਮੌਜਲੀਪੁਰ ਦੀ ਹੁਣ ਕੋਈ ਗੱਲ ਨਹੀਂ ਯਾਦ ਆ। ਅੱਛਾ, ਛੋਟੇ ਦੇ ਕਿਹੜਾ ਅਸੀਂ ਬੜੇ ਦੇ, ਬੜੇ ਉਹਦੇ ਬੱਚਿਆਂ 'ਚ ਰੱਖ ਲੈਂਦੇ, ਉਹਦਾ ਗੱਲਾਂ ਦਾ ਵਾਹਵਾ ਵੀ ਅਸੀਂ ਰੱਖ ਲਈਆਂ ਗੱਲਾਂ, ਦਿਲਚਸਪ ਵੀ ਛੋਟੇ ਦੇ, ਜਦ ਮੁਸਲਮਾਨ ਬਣਾਇਆ, ਜਦ ਦੂਏ ਇੱਕ ਸਾਡੇ ਉੱਥੇ ਆ ਕੇ ਪਨਾਹਗੀਰ ਬਹਿ ਗਿਆ, ਇੱਦਾਂ ਮਹਾਜਰ ਵਿਚਾਰੇ ਦੇ ਕੱਪੜੇ ਭਰੇ, ਉਹ ਕਮਾਨ 'ਤੇ ਵਾਢੇ 'ਚ ਵੱਢ ਹੋਏ, ਇੱਕ ਉਹਨਾਂ ਦਾ ਮੁੰਡਾ ਤਾ, ਉਹ ਤੀਵੀਂ ਬੋਲੀ ਆ, ਬੁੜਾ ਨਹੀਂ ਬੋਲਿਆ, ਤੀਵੀਂ ਕਹਿੰਦੀ ਆ ਸਿੱਖ ਨੂੰ ਵੀ ਤੇਰੇ ਕੋਲ ਪੜ੍ਹਦਾ ਵੀ, ਇਹ ਪੜ੍ਹਦਾ ਵੀ ਇਹਨੂੰ ਨਾ ਮਾਰੀ, ਉਹਨੇ ਸਾਡਾ ਧੱਕਾ ਮਾਰ ਕੇ ਸਿਰ ਕੇ ਨਾ ਪਿੱਛੇ ਨੂੰ ਮੁੰਡੇ ਨੂੰ ਐ ਮਾਰ ਕੇ ਗੱਭੇ ਨਾਲ ਜਾ ਪੁੰਟ ਗਿਆ, ਐ ਦਿਖਾਇਆ ਟੰਗ ਪਿਆ, ਲੈ ਤੂੰ ਰੋਕ। ਅੱਛਾ, ਰੋਕਣਾ ਕਿਸੇ ਨੇ ਕਿਹਾ ਤਾਂ ਉਹ ਬੈਠੇ ਦੜ ਗਿਆ ਚੁੱਪ ਕਰੇ, ਉਹ ਮਾਰ ਮੂਰ ਕੇ ਚਲੇ ਗਿਆ, ਬੁੜਾ ਦੇ ਬੁੜੀ ਕੱਪੜੇ ਖੋਲ੍ਹੇ ਨਿਆਣਿਆਂ ਦੇ, ਖੋਲ੍ਹ ਕੇ ਲੈ ਕੇ ਬੰਨ ਕੇ ਚਾ ਕੇ ਸਾਡੀ ਮਸੀਤ ਦੇ ਮੂਹਰੇ ਬਹਿ ਗਿਆ। ਅੱਛਾ, ਉਹ ਜਿਹੜਾ ਆਵੇ, ਕੌਣ ਬੈਠਿਆ ਜੀ ਮਹਾਜਰ, ਜਿਹੜਾ ਆ ਕੇ ਬੈਠਿਆ ਜੀ ਪਨਾਹ ਗਈ, ਉਹ ਮੈਂ ਨਿਕਲਿਆ ਬਾਹਰ ਤੋਂ ਬੈਠਿਆ, ਮੈਂ ਬਾਬਾ ਜੀ, ਕਹਿੰਦਾ ਮੈਂ ਕਿਹਾ ਕੋਈ ਰੋਟੀ ਪਾਣੀ, ਕਹਿੰਦਾ ਕੋਈ ਨਹੀਂ ਪੁੱਛਿਆ, ਕਹਿੰਦਾ ਮੈਂ ਕਿਹਾ ਮਿੰਟ ਦਸ ਲੱਗਣਗੇ, ਮੈਂ ਹੋਰ ਲੈ ਕੇ ਆਇਆ, ਜਾ ਕੇ ਬੁੜੀਆਂ ਕਿਹਾ ਛੇਤੀ ਕਰ, ਮੈਂ ਰੋਟੀ ਤਿਆਰ ਕਰ ਦੇ ਦੋ ਬੰਦਿਆਂ ਨੇ, ਲੈ ਵੀ ਰੋਟੀ ਲਈ, ਮੈਂ ਜਾ ਖਾਏ, ਮੈਂ ਕਿਸੇ ਬਲ ਤੱਕੇ ਉਹਨਾਂ ਦੇ ਨਾ ਕਿਸੇ ਕੋਲ, ਦੋ ਟਾਈਮ ਥੋੜ੍ਹੀ ਰੋਟੀ ਆਊਗੀ, ਲੈ ਵੀ ਦੋ ਟਾਈਮ ਖਾਉਂਦੇ ਖਵਾਉਂਦੇ, ਜਦੋਂ ਤੀਆ ਦਿਨ ਹੋਇਆ, ਤੀਏ ਕਿ ਚੌਥੇ ਦਿਨ ਫਿਰ ਬੁੜੇ ਨੇ ਮੈਨੂੰ ਗੱਲ ਸੁਣਾਈ, ਕਹਿੰਦਾ ਦੇਖੋ ਯਾਰੋ, ਸਾਨੂੰ ਆਇਆਂ ਨੂੰ ਪਨਾਹਗੀਰ ਸੱਦ ਦੇ, ਪਤਾ ਲੱਗਦਾ ਜੇ ਭੱਜ ਭੱਜ ਕੇ ਕਮਾਂਦਾ ਵਿੱਚ ਵੜਦੇ, ਕਿਸੇ ਲੱਗੀ ਕੌਣ ਜਾਣਦਾ, ਕਿਸੇ ਦੀ ਲੱਗੀ ਕੌਣ ਜਾਣਦਾ, ਗੱਲ ਮੇਰੀ ਯਾਦ ਆ। ਅੱਛਾ ਬਾਈ, ਇਹ ਜਿਹੜੇ ਲੋਕੀ ਉੱਧਰੋਂ ਉੱਜੜ ਕੇ ਆਏ ਤੇ ਪਨਾਹਗੀਰ ਤੇ, ਜਿਹੜੇ ਇੱਧਰ ਜਿਹੜੇ ਲੋਕੀ ਰਹਿੰਦੇ ਤੇ, ਚੰਗਾ ਸਲੂਕ ਤਾਂ ਨਹੀਂ ਬਹੁਤੇ ਲੋਕਾਂ ਨੇ ਕੀਤਾ ਹਨਾ? ਨਹੀਂ, ਬਥੇਰੇ ਚੰਗੇ ਵੀ ਰਹੇ ਆ। ਅੱਛਾ, ਬਥੇਰੇ ਮਾੜੇ ਵੀ ਰਹੇ ਆ, ਅੱਜ ਦਿਨ ਤਾਂ ਜਿਹੜੇ ਉੱਧਰੋਂ ਉੱਜੜ ਗਿਆ ਉਹ ਸਾਡੇ ਨਾਲ ਵੀਰ ਹੋਏ ਆ, ਉਹ ਲੋਕਾਂ ਦੇ ਬੱਚੇ ਪੜ ਗਏ, ਬਾਹਰਲੇ ਮੁਲਕਾਂ ਚਲੇ ਗਏ, ਦਮਈਆਂ ਕੋਈ ਕਨੇਡਾ ਕੋਈ ਜਮੀਆਂ ਚ, ਉਹ ਅਸੀਂ ਸਾਡੇ ਹੁਣ ਮੀਆਂ ਹੈ ਨਹੀਂ ਤੇ ਸਾਡੇ ਕੋਈ ਨਹੀਂ ਗਿਆ, ਜਿਹਨਾਂ ਦੇ ਗਏ ਆ ਉਹ ਮੀਆਂ ਚ, ਅੱਜ ਕੱਲ੍ਹ ਕਿੱਥੇ ਗੱਲ ਸੁਣਦੇ? ਨਹੀਂ, ਜਦੋਂ ਆਏ ਤੇ ਮੈਂ ਉਦੋਂ ਦੀ ਗੱਲ ਕਰਦਾ, ਉਦੋਂ ਵੀ ਕੋਈ ਨਹੀਂ ਭਾਈ, ਕੋਈ ਸਲੂਕ ਨਹੀਂ ਕਿਸੇ ਨੇ ਮਾੜਾ ਕੀਤਾ ਕਿਸੇ ਨਾਲ, ਚੰਗਾ ਹੀ ਤਾਂ ਨਾ, ਕੋਈ ਲੜਿਆ ਨਹੀਂ ਕਿਸੇ ਨਾਲ, ਜੇ ਕੋਈ ਅਗਲੇ ਵਿਹਲੀ ਹੈਗਾ ਦੇਖ ਕੇ ਬੈਠੇ, ਕਿਹੜਾ ਉਹਨਾਂ ਲੈ ਕੇ ਬੈਠੇ, ਜਾਂ ਜਿਹੜੀ ਫਾਵਰ ਪਈ ਸੀ ਉਹੀ ਬਣ ਕੇ ਬੈਠੇ ਅਗਲੇ, ਨਾਲੇ ਉਹ ਤਾਂ ਇੱਥੇ ਦਾ ਮਥਾਇਨ ਪਿੰਡ ਸਾਡਾ, ਇੱਥੇ ਦਾ ਪਤਾ ਨਹੀਂ ਕੋਈ, ਉਹ ਪਾਲੇ ਪਾਸੇ ਆ ਬੈਠੇ, ਮੇਰਾ ਖਿਆਲ ਇੱਧਰ ਪਾਸੇ ਯਾਰ ਨੀਂਦਾ ਜਿਹੜੇ ਉੱਥੋਂ ਸਾਡੇ ਕੋਲ ਆ ਕੇ ਬੈਠੇ, ਇਹਨਾਂ ਨੇ ਫਿਰ ਦੁਕਾਨਾਂ ਦੁਕਾਨਾਂ 'ਤੇ ਜਗ੍ਹਾ ਜੁਗ੍ਹਾ ਲੈ ਲਈ, ਅਤੇ ਬਾਕੀ ਜਦ ਤਾਂ ਪਏ ਪਿੰਡ ਵੀ ਛੋਟਾ ਜਿਹਾ ਹੀ ਸੀ ਇਹ ਵੀ। ਅਤੇ ਬਾਈ ਤੂੰ ਫਿਰ ਇਸ ਪਿੰਡ 'ਚ ਕਦੋਂ ਆਇਆ? ਮੈਂ ਫਿਰ ਆਇਆ ਜੀ, ਤੈਨੂੰ ਮੈਂ ਦੱਸਦਾ, ਦਾਦਾ ਦਾ ਸਾਡਾ, ਕਿਆ ਨਾਂ ਆਉਂਦਾ ਦਾਦੇ ਦਾ? ਮੇਰਾ ਕਹਿੰਦਾ ਕਰਮਾ ਤਾਂ ਕਰਮ ਲਾਹੀ ਤਾਂ ਪਤਾ ਨਹੀਂ, ਤਾਂ ਜਵਾਰ ਇੱਥੇ ਤੇ ਲੰਬੜ ਉੱਨੀ ਚ ਬੈਠਾ, ਉੱਨੀ ਚ ਬੈਠਾ ਇੱਥੇ ਬੈਠੇ। ਅੱਛਾ ਅੱਛਾ ਅੱਛਾ, ਇਹ ਦੁੱਲੇ ਦੇ, ਠੀਕ ਹੋ ਗਿਆ। ਅੱਛਾ, ਅਤੇ ਇਹ ਇੱਥੇ ਫਿਰ ਤੂੰ ਬਾਈ ਕਦੋਂ ਆਇਆ? ਮੈਂ ਫਿਰ ਤੈਨੂੰ ਦੱਸਦਾ ਵੀ ਚਾਚਾ ਚਲੇ ਗਿਆ ਛੋਟਾ ਲੈਲਪੁਰ। ਅੱਛਾ, ਮਗਰੇ ਲੈ ਗਿਆ ਚਾਚੇ ਬੜੇ ਨੂੰ, ਬਾਈ ਨੇ ਦੇਖਿਆ ਵੀ ਹੁਣ ਮੈਂ ਰੋਟੀ ਕਿੱਧਰ ਖਾਵਾਂ, ਉਹਨੇ ਜੇ ਬੱਟੀ ਛੋਟਾ ਤੁਰ ਕੇ ਵੀ ਚਲੇ ਜਾਂਦਾ ਰਿਆਸਤ। ਅੱਛਾ, ਉਹਨੇ ਜਿੰਨੀਆਂ ਹਿੰਮਤਾਂ ਦੀਆਂ। ਅੱਛਾ, ਉਹਨੇ ਝੂਠ ਵੱਟੀ ਉੱਥੇ ਗਿਆ, ਕਹਿੰਦਾ ਜੀ ਦੇਖੋ ਜੀ ਉੱਥੇ ਹੁਣ ਸਾਰਾ ਜ਼ਮੀਨ ਮਰਬਾ ਵੀ ਰੁੜੂਗਾ ਤੇ ਹਾਤਾ ਵੀ ਰੁੜੂਗਾ, ਤੁਸੀਂ ਇੱਕ ਪਾਸਾ ਸੰਭਾਲੋ ਤੇ ਆ ਦਿਓ ਜੀ ਠੇਕੇ ਬਣਾਈ ਦੇ। ਉਹ ਫਿਰ ਠੇਕੇ ਦੇ ਕੇ ਆ ਗਿਆ ਸੀ। ਅੱਛਾ, ਠੇਕਾ ਵੀ 14-15 ਸੌ 16 ਸੌ ਮਿਲਦਾ ਸਾਰੀ ਬਰਬੇ ਦਾ, ਨਵੀਂ ਆਬਾਦੀ 200 ਤਾਂ ਮਰਬਾ ਜ਼ਿਆਦਾ ਸੀ ਸਾਰੇ ਮਰਬੇ ਦਾ। ਅੱਛਾ, ਤੇ ਉਹ ਭਾਈ ਏਦਾਂ ਹੈ, ਇਹ ਵੀ ਸਾਨੂੰ ਕਿਸੇ ਕਿਸੇ ਦਾ ਆਸਾਨ ਬੰਦਾ ਜਿਤਾਵੇ ਨਾ ਗਾਉਣਾ ਨਹੀਂ ਚਾਹੀਦਾ ਜੇ ਕੋਈ ਘਰੇ, ਇਹ ਵੀ ਸਾਡੇ ਕੋਈ ਨਹੀਂ ਸੋ ਬਾਈ ਜਾਂਦਾ, ਬਾਈ ਨੇ ਇਹ ਸਾਡੇ ਬਾਈ ਸਾਹਿਬ ਪੈਸੇ ਵਾਲਾ ਜਿਹੜਾ ਹੁੰਦਾ ਨਾ ਮਾਲ ਛੋਟਾ, ਇਹ ਹਮੇਸ਼ਾ ਬੰਦਾ ਪੈਸਾ ਹੁੰਦਾ ਜਿਹਦਾ ਕੋਈ ਬੱਕਰੀਆਂ ਦਾ ਮਾਲ ਹੋਵੇ, ਬਾਈ ਕੋਈ ਇੱਧਰ ਸੀ
ਮੇਰਾ ਅੱਬਾ ਚਾਰ ਦਾ ਵੀ ਰਿਹਾ। ਅੱਛਾ। ਇਹ ਜਦ ਚਾਂਦੀ ਦੇ ਰੁਪਈਏ ਤੇ ਨੋਟ ਹੈ ਹੀ ਨੀ ਉਸਤੇ। ਅੱਛਾ। ਇਹਨੇ ਖੁਰਜੀਆਂ ਭਰ ਭਰ ਨਾ ਜਿਹੜੀਆਂ ਖੁਰਜੀਆਂ ਲੰਮੀਆਂ ਹੁੰਦੀਆਂ ਉਹਨੇ ਵਿੱਚ ਰੱਖੀਆਂ ਗਿਆ। ਹਾਂਜੀ। ਇਹਨਾਂ ਨੇ ਹਾਜੀਆਂ ਨੂੰ ਪੈਸੇ ਸਾਰੇ ਬਾਈ ਨੇ ਦੇ ਦਿੱਤੇ, ਕੋਈ ਦੋ ਤਿੰਨ ਖੁਰਜੀਆਂ ਚਾਰ ਪਈਆਂ ਗਈਆਂ। ਅੱਛਾ। ਇਹ ਤਾਂ ਮੰਨਦੇ ਨੇ ਲੁਧਿਆਣਾ, ਕਹਿੰਦਾ ਮੈਂ ਜਾਣਾ। ਫਿਰ ਸਮੈਲ ਤਾਂ ਨਾ ਸਾਡਾ ਸਮੈਲ, ਰਾਤ ਨੂੰ ਇੱਥੇ ਗੱਡੀ ਚੜ੍ਹੇ ਨਾ ਤੀਜ ਗੱਡੀ ਪਹੁੰਚ ਜਾਂਦੇ, ਸਮਾਂ ਸੱਟਾ ਸ਼ੋਰ ਕੁੜੇ ਦੇ ਘੁੰਮਦੇ ਘੁੰਮਾਉਂਦੇ। ਅੱਛਾ। ਅਤੇ ਉਹ ਜਨਾਬੇ ਵਾਲੀ ਹੁਣ ਤਾਂ ਸ਼ਾਰਟਕੱਟ ਰਸਤਾ ਇਹੋ ਜਿਹਾ ਹੋਇਆ, ਚਾਰ ਘੰਟੇ ਰਾਹ ਚਲੇ ਜਾਂਦਾ। ਉਹ ਜਨਾਬ ਅਤੇ ਮੰਡੀ ਜਾ ਕੇ ਜਦ ਗੱਡੀ ਚੜ੍ਹੇ ਕਹਿੰਦਾ ਜਾਓ ਜੀ ਮੈਂ ਤਾਂ ਕੋਈ ਜਾਣਾ। ਕਹਿੰਦੇ ਕਿਆ ਕਰ, ਮੈਂ ਤਾਂ ਨਹੀਂ ਜਾਣਾ, ਜੇ ਤਾਂ ਮੈਨੂੰ ਨਹੀਂ ਜਾਣਾ ਸੀ ਮੈਨੂੰ ਚੱਲਣਾ, ਮੈਂ ਨਹੀਂ ਜਾਣਾ। ਕਿਆ ਗੱਲ, ਮੈਂ ਤਾਂ ਹਾਜੀ ਨੂੰ ਲੈ ਕੇ ਜਾਣਾ। ਅੱਛਾ, ਬਾਈ ਭਾਈ ਆ ਗਿਆ, ਉਹ ਵੀ ਆ ਗਿਆ, ਕਹਿੰਦਾ ਭਾਈ ਉਹ ਤੇਤੇ ਵਗੈਰਾ ਨਹੀਂ ਤੁਰਦਾ। ਬਾਈ ਨੇ ਜਿਹੜੀਆਂ ਇੱਕ ਦੋ ਖੁਰਜੀਆਂ ਦੀਆਂ ਕੱਢੀਆਂ, ਕੱਢ ਗਏ ਲਪੇਟੀਆਂ ਅਤੇ ਲੈ ਕੇ ਤੁਰ ਪਿਆ ਬਾਈ। ਚਲੋ ਭਾਈ ਉੱਥੇ ਜਾ ਕੇ ਵੀ ਕਹਿੰਦਾ ਆਹ ਪੈਸੇ ਲੈ ਲਓ। ਪਹਿਲਾਂ ਸ਼ੁਰੂ ਮੋਗੇ ਤੋਂ ਪੁੱਛਿਆ ਵੀ ਕਿਹੜਾ ਮੁਰੱਬਾ ਰੱਖ ਲੜਾ ਰੱਖਣਾ, ਕਹਿੰਦਾ ਨਹੀਂ ਕੋਈ ਰੱਖਣਾ। ਅਖੀਰ ਉਹ ਸਮੈਲ ਨੇ ਮੁਰੱਬਾ ਜਦੋਂ ਪਾਇਆ ਨਾ, ਉਹਦੇ ਨਾਲ ਦਾ ਮੁਰੱਬਾ ਸਮੈਲ ਕਹਿਣ ਲੱਗਿਆ ਤੇ ਰੱਖ ਨਾ ਕਰੋ ਮੈਂ ਹਾਜੀ ਨੂੰ ਪਾਉਣਾ। ਅੱਛਾ। ਉਹ ਮੁਰੱਬਾ ਸਮੈਲ ਨੇ ਆਪਣੇ ਨਾਲ ਪਾਇਆ। ਅੱਛਾ। ਇਹ ਬਾਈ ਦਾ ਸਮੈਲ ਦਾ ਇੰਨਾ ਕੁ ਦੋਸਤ ਆ। ਹੋਰ ਸੁਣਾ ਤੂੰ।